ਯੂਕੇ ਯੂਕੇ ਦੀ ਹਮੇਸ਼ਾ ਜਦ ਵੀ ਆਪਾਂ ਗੱਲ ਕਰਦੇ ਆ ਤਾਂ ਤਸਵੀਰ ਸਾਫ਼ ਨਜ਼ਰ ਆਂਦੀ ਹੈ ਇੱਕ ਅਜਿਹੀ ਕੰਟਰੀ ਜਿੱਥੇ ਸਕਸੈਸ ਰੇਟ ਬਹੁਤ ਹੀ ਚੰਗਾ ਹੈ ਭਾਵੇਂ ਕਿ ਸਪਾਊਸ ਵੀਜ਼ਾ ਸੈਪਟੈਂਬਰ ਇਨਟੇਕ ਤੱਕ ਹੈ ਉਸ ਤੋਂ ਬਾਅਦ ਸਪਾਊਸ ਵੀਜ਼ਾ ਕਿਵੇਂ ਲੱਗੇਗਾ ਕੀ ਕੋਈ ਰਸਤਾ ਹਲੇ ਵੀ ਅਵੇਲੇਬਲ ਹੈ ਕੀ ਕੰਮ ਕਰਨ ਦੇ ਖੁੱਲੇ ਮੌਕੇ ਹਲੇ ਵੀ ਮਿਲ ਸਕਦੇ ਨੇ ਯੂਕੇ ਦੇ ਵਿੱਚ ਸੋ ਕਈ ਅਜਿਹੀਆਂ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਜੋ ਸਵਾਲ ਤੁਹਾਡੇ ਜ਼ਿਹਨ ਵਿੱਚ ਨੇ ਪਰ ਸਹੀ ਜਵਾਬ ਨਹੀਂ ਮਿਲ ਪਾ ਰਿਹਾ ਸੋ ਅੱਜ ਦੀ ਵੀਡੀਓ ਦੇਖੋਗੇ ਤਾਂ ਕਈ ਸਵਾਲ ਔਰ ਕਈ ਜਵਾਬ ਜਿਹੇ ਮਿਲਣ ਜਾ ਰਹੇ ਨੇ ਜੋ ਤੋਂ ਉਸੇ ਸੋਚ ਰਹੇ ਸੀ ਪਰ ਜਵਾਬ ਨਹੀਂ ਮਿਲ ਪਾਰਿਆ ਸੀ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਲ ਦੀ ਨਾਲ ਆਪਾਂ ਕੰਮ ਕਰਨ ਦੇ ਕਿਹੜੇ ਤਰੀਕੇ ਨੇ ਜਿਵੇਂ ਤੁਸੀਂ ਅੱਗੇ ਵਧ ਕੇ ਯੂਕੇ ਦੇ ਵਿੱਚ ਆਪਣਾ ਫਿਊਚਰ ਜੋ ਹੈ ਬ੍ਰਾਈਟ ਕਰ ਸਕਦੇ ਹੋ ਉਸ ਉੱਪਰ ਵੀ ਗੱਲ ਕਰਨ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਜੀ ਸੋ ਮੈਮ ਸੈਪਟੈਂ ਲਾਸਟ ਟਾਈਮਸ ਸਪਾਊਸ ਵੀਜ਼ਾ ਲਈ ਵਿਖਿਆ ਜਾ ਰਿਹਾ ਹੈ ਪਰ ਨਾਲ ਦੀ ਨਾਲ ਤੁਹਾਡੇ ਤੋਂ ਐਕਸਪਰਟਸ 라 ਜ਼ਰੂਰ ਚਾਹਾਂਗੇ ਕਿ ਜਿਹੜੇ ਜਾਣਾ ਚਾਹੁੰਦੇ ਨੇ ਕਿ ਅਸੀਂ ਸਪਾਊਸ ਵੀਜ਼ਾ ਵੀ ਲਗਵਾਉਣਾ ਚਾਹੁੰਦੇ ਹਾਂ ਯੂਕੇ ਦੇ ਲਈ ਕੰਮ ਅਸੀਂ ਉੱਥੇ ਕਰਨਾ ਚਾਹੁੰਦੇ ਹਾਂ ਵੀਜ਼ਾ ਸਕਸੈਸ ਰੇਟ ਤਾਂ ਉੱਥੇ ਹੈ ਹੀ ਹੈ ਵਧੀਆ ਪਰ ਫਿਰ ਵੀ ਕੀ ਕਿਤੇ ਨਾ ਕਿਤੇ ਕੁਝ ਗਲਤੀਆਂ ਹੋ ਜਾਂਦੀਆਂ ਨੇ ਜਿੱਥੇ ਰਿਫਿਊਜ਼ਲ ਦੇਖਣੀ ਪੈ ਜਾਂਦੀ ਹੈ ਚੁਣਿੰਦਾ ਪ੍ਰੋਫਾਈਲਸ ਨੂੰ ਹਰਜੋਤ ਜਿਹੜਾ ਯੂਕੇ ਦੇ ਵਿੱਚ ਹੈ ਨਾ 스파우스 ਵੀਜ਼ਾ ਸੈਪਟੰਬਰ ਦੇ ਵਿੱਚ ਇਹ ਲਾਸਟ ਇਨਟੇਕ ਹੈ ਜੀ ਹੁਣ ਜਦ ਲਾਸਟ ਇਨਟੇਕ ਹੈ ਤੇ ਨੇਚੁਰਲ ਹੁਣ ਅਗਸਟ ਚ ਬੈਠੇ ਆ ਤੇ ਹੁਣ ਤੇ ਮੁਸ਼ਕਲ ਹੈ ਐਡਮਿਸ਼ਨ ਹੁਣ ਉਹਦੇ ਵਿੱਚ ਰੂਟ ਅਲੱਗ ਆ ਜਾਂਦਾ ਕਿਉਂਕਿ ਵਰਕਿੰਗ ਵੀਜ਼ਾ ਆਈਟੀ ਚ ਬਹੁਤ ਦੇ ਰਹੇ ਆ ਸੋਸ਼ਲ ਕੇਅਰ ਚ ਬਹੁਤ ਦੇ ਰਹੇ ਆ ਹੁਣ ਸਟੂਡੈਂਟਸ ਉਹ ਰੂਟ ਲੈ ਰਹੇ ਹੈ ਜਿਨ੍ਹਾਂ ਨੇ 스파우스 ਦੇ ਨਾਲ ਜਾਣਾ ਕਿਉਂਕਿ ਹਿਡਨ ਪਰਪਸ ਸਾਰਿਆਂ ਦਾ ਜਿਹੜਾ ਪੜ ਕੇ ਕੰਮ ਹੀ ਕਰਨਾ ਉਹ ਸਾਰਿਆਂ ਨੇ ਵੈਸੇ ਵੀ ਪੜ ਕੇ ਕੰਮ ਹੀ ਕਰਨਾ ਉਹਦੇ ਵਸਤੇ ਹੀ ਜਾ ਰਹੇ ਆ ਜੇ ਡਾਇਰੈਕਟ ਉਹਨਾਂ ਨੂੰ ਕੰਮ ਮਿਲ ਰਿਹਾ ਤੇ ਨੈਚੁਰਲ ਹੈ ਕਿ ਉਸ ਚੀਜ਼ ਨੂੰ ਬਹੁਤ ਪ੍ਰੇਫਰ ਕਰ ਰਿਹਾ ਕਿ ਸਪਾਊਸ ਉਹਦੇ ਵਿੱਚ ਨਾਲ ਜਾ ਸਕਦਾ ਬੱਚਾ ਵੀ ਨਾਲ ਜਾ ਸਕਦਾ ਤੇ ਉਹ ਰੂਟ ਵੀ ਇੱਕ ਉਹਨਾਂ ਨੂੰ ਅੱਛਾ ਮਿਲ ਰਿਹਾ ਜਾਂਦਾ ਔਰ ਜਿਹੜਾ ਜਪਾਨ ਕਈ ਸਟੂਡੈਂਟ ਵੀਜ਼ਾ ਦੀ ਤੇ ਬਾਕੀ ਜਿਹੜੇ ਸਟੂਡੈਂਟਸ ਐਕਸੈਪਟ ਸਪਾਊਸ ਉਹਤੇ ਚੱਲ ਹੀ ਰਿਹਾ ਹੈ ਯੂਕੇ ਦੇ ਵਿੱਚ ਆਲਮੋਸਟ 100% ਸਕਸੈਸ ਰੇਟ ਹੈ ਲਾਸਟ ইয়ার ਇਹਨਾਂ ਨੇ 85000 ਵੀਜ਼ਾ ਦਿੱਤਾ ਸੀਗਾ ਰਿਜੈਕਸ਼ਨ ਨਾ ਮਾਤਰ ਸੀਗੀ ਰਿਜੈਕਸ਼ਨ ਕਿੱਥੇ ਸੀਗੀ ਜਿੱਥੇ ਫੰਡ ਇਹਨਾਂ ਨੇ ਐਕਚੁਅਲ ਨਹੀਂ ਲਗਾਏ ਹੁਣ ਜਿੱਦਾਂ ਮੇਰੇ ਕੋਲ ਹੀ 5-7 ਦਿਨ ਪਹਿਲੇ ਕੇਸ ਆਇਆ ਜਿਦੇ ਵਿੱਚ ਏਜੰਟ ਨੇ ਫਾਦਰ ਇਲਾਦੇ ਫੰਡ ਲਗਾਤੇ ਤੇ ਕੇਸ ਰਿਜੈਕਟ ਹੋਇਆ ਕਿਉਂਕਿ यूके ਦਾ ਰੋਲ ਗਾਈਡਲਾਈਨ ਰੂਲ ਬੜਾ ਕਲੀਅਰ ਹੈ ਕੀ ਰੂਲ ਹੈ ਬਾਇਓਲੋਜੀਕਲ ਪੇਰੈਂਟਸ ਮੀਨਸ ਉਹਦੇ ਆਪ ਦੇ ਬੱਚੇ ਦੇ ਮਾਪੇ ਸਪான்ਸਰ ਕਰ ਸਕਦੇ ਆ ਵਿਦ ਬਰਥ ਸਰਟੀਫਿਕੇਟ ਦੇਣਾ ਪੈਂਦਾ ਹੁਣ ਸਮਝੋ ਮਦਰ ਨੇ ਕੋਈ ਸੈਕੰਡ ਮੈਰिज ਕੀਤੀ ਹੈ ਤੇ ਉਹ ਬਾਇਓਲੋਜੀਕਲ ਫਾਦਰ ਨਹੀਂ ਆ ਜਾਂ ਫਾਦਰ ਨੇ ਸੈਕੰਡ ਮੈਰिज ਕੀਤੀ ਹੈ ਬਾਇਓਲੋਜੀਕਲ ਮਦਰ ਨਹੀਂ ਆ ਤੇ ਇਹਦੇ ਵਿੱਚ ਇੱਕ ਵਰਡ ਯੂਜ਼ ਹੋਇਆ ਬਾਇਓਲੋਜੀਕਲ ਪੇਰੈਂਟਸ ਜਾਂ ਬੱਚੇ ਦੇ ਖਾਤੇ ਦੇ ਵਿੱਚ ਇਹੀ ਦੋ ਫੰਡ ਐਕਸੈਪਟ ਹੁੰਦੇ ਆ ਇਹ ਮੈਕਸਿਮਮ ਲੋਕਾਂ ਨੂੰ ਪਤਾ ਹੁੰਦਾ ਹੈ ਪਤਾ ਨਹੀਂ ਫਿਰ ਵੀ ਏਜੰਟਸ ਕਿਉਂ ਉਹ ਜਿਹੇ ਪੰਗੇ ਲੈਂਦੇ ਆ ਕਿ ਬੱਚੇ ਦਾ ਜਿਹੜਾ ਐਮਬੈਸੀ ਫੀਸ ਆ ਬਹੁਤ ਹਾਈ ਹੈ ਯੂਕੇ ਦੀ ਤੇ ਉਹ ਖਰਾਬ ਹੋ ਜਾਂਦੀਆਂ ਉਹਨਾਂ ਦੀਆਂ ਜਿਹੜੇ ਛੋਟੇ ਛੋਟੇ ਏਜੰਟ ਐ ਇਹ ਚੀਜ਼ਾਂ ਖਰਾਬ ਕਰ ਦਿੰਦੇ ਆ ਉਹਨਾਂ ਚੀਜ਼ਾਂ ਤੋਂ ਸਟੂਡੈਂਟ ਨੂੰ ਆਪ ਬਚਣਾ ਪਏਗਾ ਸਟੂਡੈਂਟ ਨੂੰ ਇਹ ਦੇਖਣਾ ਪਏਗਾ ਜੇ ਤੁਹਾਨੂੰ ਦੂਰ ਵੀ ਆਣਾ ਪੈਂਦਾ ਕਿ ਮੇਰਾ ਜਿਹੜਾ ਕੰਸਲਟੈਂਟ ਆ ਉਹ ਕਿੰਨਾ ਨੋਲਿਜ ਵਾਲਾ ਹੈ ਮੇਰੀ ਫਾਈਲ ਇੱਕ ਵਾਰੀ ਜਾ ਕੇ ਇਹ ਨਾ ਹੋਏ ਕਿ ਜਿਹੜਾ 1000 2000 ਆਪਾਂ ਕਿਰਾਏ ਦਾ ਬਚਾ ਰਹੇ ਆ ਉੱਥੇ ਜਾ ਕੇ ਲੱਖਾਂ ਰੁਪਏ ਤੁਹਾਡੇ ਐਮਬੈਸੀ ਚ ਫਾਈਲ ਗਲਤ ਲੱਗ ਜਾਏ ਲੱਖਾਂ ਰੁਪਏ ਖਰਾਬ ਹੋਣ ਮੈਂ ਕਈ ਚੀਜ਼ਾਂ ਚ ਦੇਖਨੇ ਆ ਕੋਈ ਗਲਤ ਡਾਕੂਮੈਂਟ ਲਗਾ ਦਿੰਦੇ ਆ ਗਲਤ ਫਾਈਨੈਂਸ਼ੀਅਲ ਲਗਾ ਦਿੰਦੇ ਆ ਬੱਚੇ ਦੇ ਅੱਗੇ ਦੇ ਰਸਤੇ ਬੰਦ ਹੋ ਜਾਂਦੇ ਆ ਫਿਰ ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਇੱਥੇ ਕਹੀ ਹੈ ਤੇ ਤੁਹਾਡੇ ਅੱਗੇ ਵਧਣ ਦੇ ਰਸਤੇ ਬੰਦ ਨਾ ਹੋਣ ਇਸ ਲਈ ਅਸੀਂ ਟਾਈਮਲੀ ਇਹਨਾਂ ਵੀਡੀਓਜ਼ ذریعے ਤੁਹਾਨੂੰ ਅਵੇਅਰ ਕਰਦੇ ਰਹਿੰਦੇ ਆ ਕਿ ਕਿੱਥੇ ਤੁਸੀਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਤੇ ਇੱਥੇ ਮੈਂ ਹੁਣ ਆਪਾਂ ਅਗਰ ਗੱਲ ਕਰੀਏ ਐਡਮਿਸ਼ਨਸ ਦੀ ਤਾਂ ਕੀ ਹਲੇ ਸਪਟੈਂਬਰ ਇਨਟੇਕ ਵਿੱਚ ਐਡਮਿਸ਼ਨਸ ਚੱਲ ਰਹੀਆਂ ہیں بند ہو چکی ہیں یا ਕਮਿੰਗ ਇਨ ਟੇਕ یعنی جنوری ਇਨਟੇਕ ਤੇ ਹੀ فوکس ਕੀਤਾ ਜਾ ਦੇਖੋ 2-4 ਦਿਨ ਦੇ ਅੰਦਰ ਕੋਈ ਸਟੂਡੈਂਟ ਆਂਦਾ ਹੈ ਤੇ ਫਿਰ ਸੈਪਟੈਂਬਰ ਦੀ ਪੋਸੀਬਿਲਟੀ ਹੈ ਹਜੇ ਤੇ ਕੁਝ ਆਫਰ ਲੈਟਰ ਆ ਰਹੇ ਆ ਜੀ ਲੇਕਿਨ ਉਹਦੇ ਬਾਅਦ ਬਹੁਤ ਮੁਸ਼ਕਿਲ ਹੈ ਕਿਉਂਕਿ ਇਹਨਾਂ ਦੇ ਆਫਰ ਲੈਟਰ ਦੇ ਬਾਅਦ ਜਿਹੜੇ ਇੰਟਰਵਿਊ ਹੁੰਨੇ ਇਹਨਾਂ ਦੀ ਕਾਸਟ ਦੀ ਡੈਡ ਲਾਈਨ ਸੌਰੀ ਕੈਸ਼ ਦੀ ਡੈਡ ਲਾਈਨ ਹੈ ਹੈਨਾ ਤੇ ਕੈਸ਼ ਕਹਿੰਦੇ ਜਿਹੜੀ ਫੀਸ ਜਾਂਦੀ ਹੈ ਉਹਦੇ ਬਾਅਦ ਜਿਹੜਾ ਇਹਨਾਂ ਦਾ ਸਰਟੀਫਿਕੇਟ ਆਏਗਾ ਜਿਹਦੇ ਬੇਸ ਤੇ ਅ ਵੀਜ਼ਾ ਫਾਈਲ ਲੱਗਦੀ ਹੈ ਇਹ ਜਿਹੜਾ ਪੇਪਰ ਹੈ ਇਹਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸੀਓਈ ਕਹਿੰਦੇ ਆ ਔਰ ਕੈਨੇਡਾ ਦੇ ਵਿੱਚ ਐਲਓਏ ਕਹਿੰਦੇ ਜਿਹੜੀ ਫੀਸ ਪੇ ਹੁੰਦੀ ਹੈ ਉਹਦਾ ਇੱਕ ਪ੍ਰੂਫ ਹੁੰਦਾ ਹੈ ਜਿਹਦੇ ਬੇਸ ਤੇ ਫਾਈਲ ਲਗਣੀ ਆ ਉਹ ਉਹਦੇ ਵਿੱਚ ਯੂਨੀਵਰਸਿਟੀ ਕੋਲ ਖਾਲੀ ਇੱਕ ਇਹ ਬੱਚਾ ਨਹੀਂ ਆ ਯੂਨੀਵਰਸਿਟੀ ਕੋਲ ਹਾਲ ਓਵਰ ਵਰਲਡ ਤੋਂ ਬੱਚੇ ਆਉਂਦੇ ਆ ਉਹਨਾਂ ਨੂੰ ਆਪਣਾ ਟਾਈਮ ਚਾਹੀਦਾ ਤੇ ਲਾਸਟ ਮਿੰਟ ਤੇ ਬਹੁਤ ਰਸ਼ੇ ਕੰਮ ਕਰਨਾ ਪੈਂਦਾ ਜਿਹੜੇ 1-2 ਦਿਨ ਚ ਆਗੇ ਉਹਨੂੰ ਤੇ ਅਸੀਂ ਸ਼ਾਇਦ ਲੈ ਸਕਦੇ ਆ ਸੈਪਟੈਂਬਰ ਵਾਸਤੇ ਬਾਕੀ ਜਿਹੜੇ ਅਦਰਵਾਈਜ਼ ਜਨਵਰੀ ਵਾਸਤੇ ਹੁਣ ਜਾਣਗੇ ਠੀਕ ਹੈ ਮੈਮ ਤੇ ਥੋੜਾ ਜਿਹਾ ਇੱਥੇ ਲਾਸਟ ਵਿੱਚ ਅਪਡੇਟ ਚਾਹੂੰਗੀ ਉਹਨਾਂ ਲਈ ਜਿਹੜੇ ਜਿਨ੍ਹਾਂ ਲਈ ਸਪਟੈਂਬਰ ਇਨਟੇਕ ਲਾਸਟ ਰੰਸੀ ਸਪਾਊਸ ਵੀਜ਼ਾ ਦੀ ਗੱਲ ਕਰੀਆਂ ਹੁਣ ਕੀ ਰਸਤਾ ਹੋ ਸਕਦਾ ਅੱਗੋਂ ਅਗਰ ਸਪਾਊਸ ਨੇ ਨਾਲ ਜਾਣਾ ਹੋਵੇ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ ਹੁਣ ਵਰਕਿੰਗ ਵੀਜ਼ਾ ਜਿਹੜਾ ਚੱਲ ਰਿਹਾ ਹੈ ਆਈਟੀ ਦੇ ਵਿੱਚ ਬਹੁਤ ਜਸਟ ਸਟੂਡੈਂਟ ਆਈਟੀ ਫੀਲ ਦਾ ਹੈ ਜਾਂ ਕੁਝ ਵੀ ਨਹੀਂ ਕੀਤਾ ਹੋਇਆ ਕੁਝ ਜਿੱਦਾਂ ਕਿਸੇ ਨੇ ਕੋਈ ਨੈਨੀ ਦਾ ਕੋਰਸ ਕੀਤਾ ਹੁੰਦਾ ਸੋਸ਼ਲ ਕੇਅਰ ਦੇ ਵਿੱਚ ਜਿਹੜਾ ਜਾਂ ਕਿਸੇ ਨੇ ਨਰਸਿੰਗ ਕੀਤੀ ਹੋਈ ਹੈ ਉਹ ਸਾਰੇ ਜਿਹੜੇ ਹਨ ਕਿ ਤੁਸੀਂ ਉਸ ਰਸਤੇ ਜਾ ਸਕਦੇ ਹੋ ਜਿਹੜੇ ਜਾਣਾ ਚਾਹੁੰਦੇ ਆ ਆਪਣੇ ਸਪਾਊਸ ਦੇ ਨਾਲ ਜਿਹਦੇ ਵਿੱਚ ਬੱਚੇ ਵੀ ਨਾਲ ਜਾ ਸਕਦੇ इवन ਸਟੂਡੈਂਟ ਵੀ ਜਿਹੋ ਵੀ ਬੱਚੇ ਨਾਲ ਜਾ ਸਕਦੇ ਸੀ ਹੁਣ ਵਰਕਿੰਗ ਵੀਜ਼ਾ ਇਹਨਾਂ ਦਾ ਜਿਹੜਾ ਸਪਾਊਸ ਦੇ ਨਾਲ ਜਿਹਨਾਂ ਨੇ ਜਾਣਾ ਜਾਂ ਫਿਰ ਜਿਹੜਾ ਮੇਨ ਐਪਲੀਕੈਂਟ ਪੜ੍ਹਾਈ ਕਰਨਾ ਚਾਹੁੰਦਾ ਜਾ ਕੇ ਜਦੋਂ ਵਰਕ ਪਰਮਿਟ ਆ ਜਾਏਗਾ 8 ਮਹੀਨੇ ਕਿਉਂਕਿ ਇਹਨਾਂ ਦੀ ਪੜ੍ਹਾਈ ਜਿਹੜੀ ਸਾਲ ਦੀ ਜਿਹੜੀ 8 ਮਹੀਨੇ ਦੀ ਹੁੰਦੀ ਆ 4-4 ਮੰਥ ਦੇ ਦੋ ਸਮੈਸਟਰ ਹੁੰਦੇ ਆ ਤੇ ਉਹਦੇ ਬਾਅਦ ਉਹ ਆਪਣੇ ਸਪਾਊਸ ਨੂੰ ਬੁਲਾ ਸਕ ਔਰ ਮੇਰੇ ਖਿਆਲ ਉਹ ਵੀ ਇੱਕ ਅੱਛਾ ਆਪਸ਼ਨ ਹੈ ਰੀਜ਼ਨ ਬੀਇੰਗ ਕਿ ਹਨਾ ਤੁਸੀਂ ਜਾ ਕੇ ਸੈਟਲ ਹੋਏ ਫੈਮਿਲੀ ਨੂੰ ਲੈ ਜਾਂਦੇ ਹੋ ਨਾਲ ਸਟਰਗਲ ਕਈ ਵਾਰੀ ਹੁੰਦਾ ਆਪ ਜਾ ਕੇ ਥੋੜਾ ਜਿਆ ਤੁਸੀਂ ਸੈਟਲ ਹੋਏ ਫਿਰ ਜਾ ਕੇ ਤੁਹਾਡੀ ਫੈਮਿਲੀ ਆਈ ਤੁਹਾਡੇ ਵਾਸਤੇ ਉਹ ਵੀ ਠੀਕ ਹੋ ਜਾਂਦਾ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਇਹ ਨਹੀਂ ਕਿ 스파우스 ਤੁਹਾਡਾ ਜਾ ਹੀ ਨਹੀਂ ਸਕਦਾ ਰਸਤੇ ਬੰਦ ਹੋਗੇ ਐਦਾਂ ਕੁਝ ਵੀ ਨਹੀਂ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਮੈਮ ਸੋ ਜਿਹੜਾ ਇੱਕ ਸਭ ਦੇ ਮਨ ਵਿੱਚ ਗੱਲ ਆ ਗਈ ਹੈ ਯੂਕੇ ਹੈ ਜੀ ਹੁਣ 스파우스 ਵੀਜ਼ਾ ਨਹੀਂ ਲੱਗੇਗਾ ਸੋ ਇੱਕ ਬਹੁਤ ਵਧੀਆ ਰਸਤਾ ਹਲੇ ਵੀ ਹੈ ਸੋ ਇਸੇ ਲਈ ਕਹਿੰਦੇ ਆ ਕਿ ਇੱਕ ਮਾਹਰ ਤਜਰਬੇਕਾਰ ਕੰਸਲਟੈਂਟ ਦੀ ਸਲਾਹ ਲੈਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਸੋ ਜੋ ਤੁਹਾਡਾ ਮੋਟਿਵ ਹੈ ਜਿਵੇਂ ਦੀ ਤੁਹਾਡੀ ਪ੍ਰੋਫਾਈਲ ਹੈ ਉਸ ਅਕੋਰਡਿੰਗਲੀ ਸਹੀ ਆਪਸ਼ਨ ਬੈਸਟ ਆਪਸ਼ਨਸ ਤੁਹਾਨੂੰ ਦੱਸੀਆਂ ਜਾ ਸਕਦੀਆਂ ਨੇ ਸੋ ਅੱਜ ਮੈਂ ਉਮੀਦ ਕਰਦੀ ਆ ਅੱਜ ਦੀ जरिए तो काफ़ी कुछ नव जानने जरूर मिलिया होएगा तो थोड़ा अपना कोई सवाल है तो तुम इस नंबर पर कॉल करके नैविगेटर्स ओवरसीज की टीम के टाइमली कॉन्टैक्ट कर सौ अपने डॉक्यूमेंट्स की असैसमेंट करवा के मैम द एक्सपर्ट सलाह के सही ऑप्शनस के न अपने फ्यूचर ब्राइट बना सद बहुत बहुत थैंक्स मैम काफ़ी चंगे ढंग सही ऑप्शन जो है स्टूडेंट्स गाइड कितिया ने अगों भी असं स्टूडेंट्स लिए होर इनफोरमेटिव भीडज़ लैके आते रहेंगे फिलहाल आज लाने दि जी इजाजत थैंक यू सो मच थैंक यू